चंडीगढ़ इंटरनेशनल फिल्म फेस्टिवल पहली बार चंडीगढ़ यूनिवर्सिटी विखे इस दा प्रबंध किया गया। ना सिर्फ देश तो बल्कि विदेशों तो भी फिल्मां इत्थे शिरकत करन लई पुजियां ते इस तों अलावा पंजाबी इंडस्ट्री दी कई मनियां परमनियां शख्सियतां ने इस विच शिरकत कीती। ते आओ शुरुआत करदे हां पहले दो दिनां दी झलक तो इस तीन रोज़ा फेस्टिवल दे। ਅਸੀਂ ਚੰਡੀਗੜ੍ਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਿਰਫ ਦੇ ਨਾਂ 'ਤੇ ਸ਼ੁਰੂ ਕਰਨ ਜਾ ਰਹੇ ਹਾਂ। ਫਸਟ ਟਾਈਮ ਪੂਰੇ ਵਰਲਡਸ ਨੂੰ ਅਸੀਂ ਜੋੜਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਸ ਦਾ ਨਾਂ ਜਿਸ ਤਰ੍ਹਾਂ ਚੰਡੀਗੜ੍ਹ ਫਿਲਮ ਫੈਸਟੀਵਲ ਹੈ, ਚੰਡੀਗੜ੍ਹ ਸੈਂਟਰ ਆਪਣਾ ਰਾਜਧਾਨੀ ਹੈ, ਉਸ ਕਰਕੇ ਅਸੀਂ ਇਸ ਦਾ ਨਾਂ ਰੱਖਿਆ। ਔਰ ਅਸੀਂ ਕੋਸ਼ਿਸ਼ ਕਰਾਂਗੇ ਤਾਂ ਪੂਰੇ ਵਰਲਡ ਦੀਆਂ ਜਿੰਨੀਆਂ ਫਿਲਮਾਂ ਜਿਨ੍ਹਾਂ ਨੂੰ ਕੁਛ ਅਵਾਰਡਸ ਵਗੈਰਾ ਮਿਲਦੇ ਨੇ ਜਾਂ ਅਲੱਗ ਤਰ੍ਹਾਂ ਦੀਆਂ ਫਿਲਮਾਂ, ਉਹ ਹਰ ਸਾਲ ਦਿਖਾਈਆਂ ਜਾਣ। ਇਸ ਪੂਰੇ ਰੀਜਨ ਦੀ ਇਸ ਇਲਾਕੇ ਦੀ ਇੱਕ ਮੰਗ ਸੀਗੀ ਕਿ ਕੋਈ ਫਿਲਮ ਫੈਸਟੀਵਲ ਇੱਥੇ ਹੋਣਾ ਚਾਹੀਦਾ ਜਿਹਦਾ ਕੋਈ ਰੁਤਬਾ ਹੋਏ, ਕੋਈ ਇੰਟਰਨੈਸ਼ਨਲ ਲੈਵਲ ਹੋਏ। ਅਤੇ ਚੰਡੀਗੜ੍ਹ ਹੱਬ ਸੈਂਟਰ ਹੈਗਾ ਜੀ ਨੌਰਥ ਇੰਡੀਆ ਦਾ। ਅਤੇ ਫਿਰ ਇਹ ਡਿਸਾਈਡ ਕੀਤਾ ਗਿਆ ਕਿ ਚੰਡੀਗੜ੍ਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਕੀਤਾ ਜਾਏ, ਜਿੱਥੇ ਦੁਨੀਆ ਦੀ ਚੰਗੀ ਫਿਲਮਾਂ ਔਰ ਪੰਜਾਬੀ ਸਿਨੇਮਾ, ਲੋਕਲ ਸਿਨੇਮਾ ਦੀਆਂ ਚੰਗੀ ਫਿਲਮਾਂ ਦਿਖਾਈ ਜਾ ਸਕਣ, ਸ਼ੋਕੇਸ ਕੀਤੀ ਜਾ ਸਕਣ। ਚੰਡੀਗੜ੍ਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਇਹ ਸਿਤਾਰਿਆਂ ਭਰੀ ਸ਼ਾਮ 'ਤੇ ਸਾਡੇ ਨਾਲ ਮਸ਼ਹੂਰ ਅਤੇ ਬਹੁਤ ਹੀ ਉੱਘੇ ਡਾਇਰੈਕਟਰ ਮਨਮੋਹਨ ਸਿੰਘ ਜੀ ਨੇ। ਜੀ ਆਇਆਂ ਨੂੰ ਮਨ ਜੀ, ਕੀ ਹਾਲ ਨੇ? ਬਿਲਕੁਲ ਠੀਕ ਜੀ, ਬਹੁਤ ਖੁਸ਼ੀ ਹੈ ਇੱਥੇ ਆ ਕੇ, ਰੌਣਕਾਂ ਲੱਗੀਆਂ ਹੋਈਆਂ ਅਤੇ ਮੁੰਡੇ ਇੰਜੋਏ ਕਰ ਰਹੇ ਸਾਰੇ। ਸੋ ਆਪਣੀ ਤਰ੍ਹਾਂ ਦਾ ਇੱਕ ਨਵੀਂ ਸ਼ੁਰੂਆਤ ਹੈ ਚੰਡੀਗੜ੍ਹ ਯੂਨੀਵਰਸਿਟੀ ਵਿੱਚ, ਜਿਸ ਤਰ੍ਹਾਂ ਦਾ ਪੰਜਾਬੀ ਫਿਲਮ ਫੈਸਟੀਵਲ ਮਨਾਇਆ ਜਾ ਰਿਹਾ, ਬਹੁਤ ਅੱਛੀ ਗੱਲ ਹੈ। ਔਰ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਿਲ ਹੋ ਕੇ ਇਹਦਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਇਹੋ ਜਿਹੇ ਫੈਸਟੀਵਲ ਹੋਣੇ ਚਾਹੀਦੇ ਨੇ ਜੀ, ਕਿਉਂਕਿ ਜਿਵੇਂ ਬਾਲੀਵੁੱਡ ਦੇ ਆਈਫਾ ਅਵਾਰਡਸ ਹੁੰਦੇ ਸੀ, ਉਹਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਪਤਾ ਚੱਲ ਗਿਆ ਬਾਲੀਵੁੱਡ ਦਾ ਕਿ ਕੋਈ ਹਿੰਦੀ ਫਿਲਮ ਇੰਡਸਟਰੀ ਹੈ ਹਿੰਦੁਸਤਾਨ ਦੇ ਵਿੱਚ। ਇਸੇ ਤਰ੍ਹਾਂ ਹੀ ਹੁਣ ਸਾਡੇ ਵੀ ਇੰਟਰਨੈਸ਼ਨਲ ਪੱਧਰ 'ਤੇ, ਜਿਵੇਂ ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਅਵਾਰਡ ਹੋਏ ਆ, ਪਹਿਲਾਂ ਇੱਕ ਪੀਫਾ ਅਵਾਰਡ ਟੋਰਾਂਟੋ ਦੇ ਵਿੱਚ ਹੋਇਆ ਸੀਗਾ। ਸਾਡੀਆਂ ਪੰਜਾਬੀ ਫਿਲਮਾਂ ਨੇ ਇੰਨਾ ਗਰੋ ਕੀਤਾ, ਇੰਨਾ ਮਤਲਬ ਅੱਗੇ ਵੱਧ ਰਹੀਆਂ ਨੇ, ਹਿੰਦੀ ਸਿਨੇਮਾ ਨੂੰ ਟੱਕਰ ਦੇ ਰਹੀਆਂ ਨੇ, ਸੋ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਹਰਭਜਨ ਮਾਨ ਸਾਹਿਬ ਸਾਡੇ ਨਾਲ ਨੇ ਚੰਡੀਗੜ੍ਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਲਈ, ਇਸ ਨੂੰ ਹੁੰਗਾਰਾ ਦੇਣ ਲਈ ਪੁੱਜੇ ਨੇ। ਮਾਨ ਸਾਹਿਬ, ਜੀ ਆਇਆਂ ਨੂੰ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮੱਚ। ਜੀ ਆਇਆਂ ਨੂੰ ਕਹਿ ਤਾਂ, ਜੀ ਆਇਆਂ ਨੂੰ ਤੋਂ ਹੀ ਇਹ ਬੂਟਾ ਜਿਹੜਾ ਪੰਜਾਬੀ ਸਿਨੇਮਾ ਤੋਂ ਵੀ ਲੱਗਿਆ, ਅਤੇ ਹੁਣ ਇੰਟਰਨੈਸ਼ਨਲ ਸਿਨੇਮਾ ਵੀ ਇਸ ਫੈਸਟੀਵਲ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾ ਰਹੀ, ਉਹ ਵੀ ਫਿਲਮਾਂ ਸਟੂਡੈਂਟਸ ਨੂੰ ਦਿਖਾਈਆਂ ਜਾਣ, ਉਹ ਇਸ ਨਾਲ ਜੁੜਨ। ਕੀ ਕਹਿਣਾ ਚਾਹੋ? ਮੈਂ ਸਮਝਦਾ ਜੀ ਕਿ ਜਿਹੜੀ ਵੀ ਕੋਈ ਕੋਸ਼ਿਸ਼ ਹੁੰਦੀ ਆ, ਉਹ ਪੰਜਾਬੀ ਸਿਨੇਮੇ ਨੂੰ ਇੱਕ ਨੈਕਸਟ ਜਿਹੜਾ ਪਲੈਟਫਾਰਮ, ਇੱਕ ਨੈਕਸਟ ਲੈਵਲ ਉਹ ਪ੍ਰੋਵਾਈਡ ਕਰਦਾ, ਅਤੇ ਜਿੱਥੇ ਜਿੱਥੇ ਵੀ ਇਹ ਪੋਸੀਬਲ ਹੋ ਸਕਦਾ ਇਹ ਇਨੀਸ਼ੀਏਟਿਵਸ ਲੈਣੇ ਚਾਹੀਦੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਜਿਹੜਾ ਉਸ ਸਿਨੇਮੇ ਨਾਲ ਜੁੜਨ। PTC ਅਵਾਰਡਸ ਪਹਿਲਾਂ ਸ਼ੁਰੂ ਹੋਏ, ਫਿਰ ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਸਿਨੇਮੇ ਦੇ ਅਵਾਰਡਸ ਹੋਏ, ਅੱਜ ਇੱਥੇ ਫਿਲਮ ਫੈਸਟੀਵਲ ਹੋ ਰਿਹਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ। ਸੋ ਆਈ ਥਿੰਕ ਕਿ ਸਾਨੂੰ ਇਹ ਸਭ ਚੀਜ਼ਾਂ ਦੀ ਜ਼ਰੂਰਤ ਆ। ਇੱਕ ਅਵਾਰਡ ਮੈਨੂੰ ਮਿਲਿਆ ਸੀਗਾ ਲਾਈਫ ਟਾਈਮ ਅਚੀਵਮੈਂਟ ਅਵਾਰਡ PTC ਵੱਲੋਂ, ਜਿਹੜਾ ਕਿ ਮੇਰੇ ਲਈ ਬਹੁਤ ਅਹਿਮ ਹੈ, ਔਰ ਮੈਂ ਆਪਣੇ ਪੇਰੈਂਟਸ ਨੂੰ ਡੈਡੀਕੇਟ ਕੀਤਾ ਸੀ। ਇਹੋ ਜਿਹੀਆਂ ਚੀਜ਼ਾਂ ਵੀ ਸਾਰੇ ਐਕਟਰਸ ਨੂੰ ਇਕੱਠੇ ਹੋ ਕੇ ਇੱਕ ਪਲੈਟਫਾਰਮ 'ਤੇ ਆਉਣਾ ਚਾਹੀਦਾ। ਇਹ ਬੜੀ ਦੁੱਖ ਅਤੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਦੇ ਜਿੰਨੇ ਵੀ ਕਲਾਕਾਰ ਨੇ ਜਾਂ ਮੇਕਰਸ ਨੇ, ਉਹ ਇੱਕ ਪਲੈਟਫਾਰਮ 'ਤੇ ਇਕੱਠੇ ਨਹੀਂ ਹੋ ਸਕਦੇ। ਪਰ ਕੋਈ ਵੀ ਉਪਰਾਲਾ ਕਰੇ ਇਹੋ ਜਿਹਾ, ਆਈ ਥਿੰਕ ਮੈਂ ਕਿ ਹਰੇਕ ਬੰਦੇ ਨੂੰ ਆਉਣਾ ਚਾਹੀਦਾ। ਇਨਫੈਕਟ ਥੈਂਕ ਯੂ ਵੈਰੀ ਮੱਚ ਤੁਸੀਂ ਪ੍ਰੈਸ ਵਾਲੇ ਸਾਰੇ, ਬੀਇੰਗ PTC ਪੀਪਲ, ਤੁਸੀਂ ਖੁਦ ਅਵਾਰਡ ਫੰਕਸ਼ਨ ਕਰਾਉਂਦੇ ਹੋ, ਤੁਸੀਂ ਇੱਥੇ ਆਏ ਹੋ, ਮੈਨੂੰ ਬੜਾ ਚੰਗਾ ਲੱਗਿਆ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦੀ ਹਾਂ PTC ਨੂੰ, ਭਾਅ ਜੀ ਦਰਸ਼ਨ ਔਲਖ ਉਹਨਾਂ ਨੂੰ, ਕਿ ਉਹਨਾਂ ਨੇ ਬੀੜਾ ਚੁੱਕਿਆ। ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਇਹੋ ਜਿਹਾ ਫੰਕਸ਼ਨ ਹੋ ਰਿਹਾ ਹੋਵੇ, ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਆਰਟਿਸਟ ਹੈ, ਉਹ ਵੀ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਦਾ, ਕਿਉਂਕਿ ਹੋਰ ਜੁੜਦੇ ਨੇ। ਇਸ ਪੰਜਾਬੀ ਸਿਨੇਮਾ ਦੀ ਓਵਰਆਲ ਇੱਕ ਸਿਨੇਮਾ ਦਾ ਕਲਚਰ ਜਿਹੜਾ, ਉਸਨੂੰ ਵਧਾਉਣ ਵਾਸਤੇ ਪੰਜਾਬ 'ਚ ਬਹੁਤ ਜ਼ਿਆਦਾ ਹੈਲਪ ਕਰੇਗਾ। ਇਸ ਉਪਰਾਲੇ ਨੂੰ ਹੁੰਗਾਰਾ ਦੇਣ ਲਈ ਕੁਲਵਿੰਦਰ ਬਿੱਲਾ ਭਾਅ ਜੀ ਵੀ ਪਹੁੰਚੇ ਨੇ। ਭਾਅ ਜੀ, ਕੀ ਕਹਿਣਾ ਚਾਹੋਗੇ? ਫੈਸਟੀਵਲ ਹੈ, ਸਿਨੇਮਾ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਵੈਸੇ ਵੀ ਫੈਸਟੀਵਲ ਸੀਜ਼ਨ ਤਾਂ ਚੱਲ ਹੀ ਰਿਹਾ। ਬਿਲਕੁਲ, ਕਿਉਂਕਿ ਇੱਦਾਂ ਦੇ ਉਪਰਾਲੇ ਹੋਣਗੇ ਤਾਂ
होर बहुत वधिया आर्टिस्ट अगे आउणगे साडे वर्गियां नूं भी शौक लगेगा भी असीं भी फिल्मां करिए है ना ते बहुत ज़्यादा वधिया ओपरचुनिटी है। मैं भाई दर्शन ओलखोरिया नूं सारिआं नूं वधाई दा पत्र। चंडीगढ़ यूनिवर्सिटी के वेड़े च जिहड़ा फैसटिवल हो रहा है तो साढ़े नाल इतों के वाइस चांसलर संधु साहब ने, संधु साहब की कहना चाहोगे कि सिनेमा तो सैलीब्रेट हो रही है नाल दे नाल स्टूडेंट्स विच मैं लगता है एक उत्साह भी वधेगा सिनेमा नाल जुड़न का वधिया सिनेमा पेश करन दा। जी बहुत अज मुबारक घड़ी है चंडीगढ़ यूनिवर्सिटी में पंजाबी फिल्म इंडस्ट्री का एक बहुत वधिया ईवेंट हो रहा है और वाकई बच्चों वास्ते एक अपरचुनिटी है कि वह जिन्हें सितारों टीवी पर देखते सिनेमा में देखते अज लाइव उन्होंने देख रहे मिल रहे सुन रहे और मैं दर्शन औलख जी तो उन्होंने पूरी टीम का धन्यवाद भी करना चाहाँगा कि उन्होंने ये जो उपराला किया चंडीगढ़ यूनिवर्सिटी को माण महसूस होंगे कि असी इन मायानाज हस्तियां जड़िया ने फिल्म इंडस्ट्री दी साडे कैंपस में आई हैं। तो पहली बार इदा होया कि यूनिवर्सिटी लैवल से एक फिल्म फैसटिवल शुरू होया यूनिवर्सिटी के असी इतने कम कर रहे हैं तो मैं ऑर्गेनाइजर का सारे का धन्यवादी हाँ क्योंकि इतने सानू स्टूडेंट मिलते हैं देखने वाले सुचजी ऑडियंस होना बहुत लाजमी है और मैं इतने आके बहुत खुश होया।